ਇੱਕ ਧਿਰ ਨੇ ਦੂਜੀ ਧਿਰ ਦੇ ਘਰ ਵਿੱਚ ਵੜ ਕੇ ਇੱਟਾਂ ਪੱਥਰ ਚਲਾਏ ਨੇ ਤੇ ਘਰ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਹੈ, ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਕਿ ਦਰਜਣਾ ਮੁੰਡੇ ਗਲੀ ਦੇ ਵਿੱਚ ਵੜਦੇ ਨੇ ਤੇ ਇੱਟਾਂ ਪੱਥਰ ਚਲਾਉਣੇ ਸ਼ੁਰੂ ਕਰ ਦਿੰਦੇ ਨੇ, ਜਿਸ ਕਾਰਨ ਘਰ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਜਾਂਦੀ ਹੈ, ਜਿਸ ਦੇ ਚੱਲਦੇ ਹੁਣ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਵੀ ਲਗਾਈ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਦਾ ਕਹਿਣਾ ਕਿ ਉਹਨਾਂ ਦੇ ਬੱਚਿਆਂ ਨੂੰ ਲੈ ਕੇ ਇਹ ਲੜਾਈ ਹੋਈ ਹੈ। ਇਸ ਤੋਂ ਪਹਿਲਾਂ ਵੀ 25 ਜੁਲਾਈ ਨੂੰ ਇਹਨਾਂ ਗੁੰਡਿਆਂ ਵੱਲੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ, ਜਿਸ ਦੇ ਚੱਲਦੇ ਉਹਨਾਂ ਦੇ ਵੱਡੇ ਬੇਟੇ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਹੁਣ ਇੱਕ ਵਾਰ ਫੇਰ ਦੂਜੀ ਧਿਰ ਦੇ ਵੱਲੋਂ ਉਹਨਾਂ ਦੇ ਘਰ ਆ ਕੇ ਇੱਟਾਂ ਪੱਥਰ ਚਲਾਏ ਗਏ ਨੇ ਤੇ ਹਮਲਾ ਕੀਤਾ ਗਿਆ, ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਸ ਮੌਕੇ ਪੀੜਤ ਮਾਂ ਨੇ ਪੁਲਿਸ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ। ਉੱਥੇ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ਉਹਨਾਂ ਕੋਲ ਪੁੱਜ ਗਈਆਂ ਨੇ, ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੀ ਵੀ ਧਿਰ ਦੋਸ਼ੀ ਪਾਈ ਗਈ ਉਸਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਇਹਨਾਂ ਗੁੰਡਿਆਂ ਵੱਲੋਂ ਇੱਕ ਘਰ ਦੇ ਵਿੱਚ ਵੜ ਕੇ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਹੈ, ਘਰ ਦਾ ਨੁਕਸਾਨ ਕੀਤਾ ਗਿਆ। ਉੱਥੇ ਪੀੜਤ ਪਰਿਵਾਰ ਹੁਣ ਇਨਸਾਫ਼ ਦੀ ਗੁਹਾਰ ਲਗਾਉਂਦਾ ਨਜ਼ਰ ਆ ਰਿਹਾ। ਗੱਲ 25 ਤਰੀਕ ਨੂੰ ਇੱਕ ਝਗੜਾ ਹੋਇਆ ਜੇ ਅਨਮੋਲ ਸਿੰਘ ਦੇ ਨਾਲ, ਕਾਲਾ ਸਿੰਘ ਦਾ, ਤੇ ਉਹਨਾਂ ਨੇ ਆ ਕੇ ਇਹਦੇ ਦਾਤਰ ਮਾਰੇ ਸਿਰ ਦੇ ਵਿੱਚ 25 ਤਰੀਕ ਨੂੰ। ਅੱਛਾ, ਤੇ ਹੁਣ ਕੱਲ ਕੀ ਗੱਲ ਹੈ ਜੀ? ਸਵੇਰੇ ਤੜਕੇ 5 ਵਜੇ ਦੀ ਗੱਲ ਜੀ। ਅੱਛਾ ਜੀ, ਵੀਡੀਓ ਵੀ ਤੁਹਾਨੂੰ ਦਿੱਤੀ ਹੈ, ਵੀਡੀਓ ਵੇਖ ਸਕਦੇ ਤੁਸੀਂ। ਹਾਂ ਜੀ, ਉਸ ਤੋਂ ਬਾਅਦ ਇਹਨਾਂ ਨੇ ਹੁਣ ਰਾਤ ਨੂੰ ਪਏ ਜੀ, ਰਾਤੀ 12 ਵਜੇ, ਪੂਰੇ 12 ਵਜੇ ਪਏ ਜੀ। ਕਿੰਨੇ ਕੁ ਬੰਦੇ ਆਏ ਸੀ ਜੀ? ਘੱਟੋ ਘੱਟ 10 ਬੰਦੇ ਹੋਣਗੇ। ਕੀ ਕਾਰਨ ਕੀ ਹੈ, ਕਿਉਂ ਇਹਨਾਂ ਨੇ ਝਗੜਾ? ਕਾਰਨ ਉਹ ਛੋਟੇ ਬੱਚਿਆਂ ਨਾਲ ਰੰਜਿਸ਼ ਰੱਖਦੇ ਆ ਜੀ, ਬਹੁਤ ਜ਼ਿਆਦਾ। ਕੋਈ ਪੁਰਾਣੇ ਬੱਚੇ ਨੂੰ ਲੈ ਕੇ ਰੰਜਿਸ਼? ਹਾਂਜੀ ਹਾਂਜੀ, ਅਨਮੋਲ ਸਿੰਘ ਨਾਲ, ਸਤਮੋਲ ਸਿੰਘ ਨਾਲ ਬਹੁਤ ਰੰਜਿਸ਼ ਰੱਖਦੇ ਆ ਜੀ। ਅੱਛਾ ਜੀ, ਤੇ ਉਹ ਕਹਿੰਦੇ ਇਹਨਾਂ ਨੂੰ ਮਰਵਾ ਦੇਣਾ, ਬਸ ਇੰਨੀ ਗੱਲ ਕਹਿੰਦੇ। ਗੁੰਡਾਗਰਦੀ ਨਾਲ ਮਤਲਬ? ਗੁੰਡਾਗਰਦੀ ਬਹੁਤ ਜ਼ਿਆਦਾ। ਪੁਲਿਸ ਨੂੰ ਤੁਹਾਡੇ ਵੱਲੋਂ ਕੰਪਲੇਂਟ? ਇੱਧਰੋਂ ਆਹ ਵਾਲੇ ਘਰ ਪਏ ਜੀ, ਉੱਧਰੋਂ ਸਾਡੇ ਦੂਜਾ ਘਰ ਆ, ਉੱਧਰ ਵੀ ਉਹਨਾਂ ਨੇ ਸਾਰਾ ਕੁਝ ਤੋੜਿਆ। ਹਾਂ, ਦੋਵਾਂ 'ਚ 12 ਵਜੇ ਰਾਤੀ ਪਏ ਜੀ, ਸਵੇਰੇ ਫਿਰ 5 ਵਜੇ ਉੱਧਰ ਜਾ ਕੇ ਪਏ ਜੀ। ਇਹੋ ਹੀ ਗੈਂਗ ਇਸ ਘਰ ਦੇ ਵਿੱਚ। 5 ਵਜੇ ਉਸ ਘਰ ਦੇ ਵਿੱਚ ਪੀਟਰ ਪਿਆ ਜੇ, ਅਤੇ ਇੱਕ ਜੋਨਾ ਪਿਆ ਜੇ, ਇੱਕ ਅਜੇ ਪਿਆ ਜੇ, ਅਤੇ ਹੈਗੇ ਬਾਕੀ ਉਹਨੂੰ ਪਛਾਤੇ ਬੰਦੇ। ਮੰਗਾਂ ਦੀ ਸੁਣਵਾਈ ਕਰਨ ਬਸ ਪੁਲਿਸ ਵਾਲੇ, ਹੋਰ ਕੁਛ ਨਹੀਂ। ਅਤੇ ਇਹਨਾਂ ਨੇ 12 ਵਜੇ ਮੇਰੇ ਘਰ ਪਏ ਆ ਸਰ, ਇੱਥੇ ਬਾਹਰ ਸਾਡੇ ਛੋਟੇ ਛੋਟੇ ਬੱਚੇ ਆ, ਇਹ ਯਕਦਮ ਆਏ ਆ ਅਤੇ ਇਹਨਾਂ ਆਣ ਕੇ ਸਾਡੇ 'ਤੇ ਇੱਟ ਡੋਲਾ ਚਲਾਉਣਾ ਸ਼ੁਰੂ ਕਰ ਦਿੱਤਾ। ਸਰ ਇਹ ਇੱਕ ਕਾਲਾ ਸੀ, ਕਾਲਾ ਸੁੰਮੀ, ਅਤੇ ਇੱਕ ਜੋਨਾ ਸੀ, ਅਤੇ ਇੱਕ ਪੀਟਰ, ਅਤੇ ਇੱਕ ਅਜੇ। ਸਰ ਇੰਨੇ ਬੰਦੇ ਸਾਨੂੰ ਜਿਨ੍ਹਾਂ ਦਾ ਨਾਂ ਪਤਾ, ਬਾਕੀ ਅਣਪਛਾਤੇ ਬੰਦੇ ਹੈਗੇ ਆ। ਇਹ 10-15 ਬੰਦੇ ਹੋਣਗੇ। ਨਹੀਂ ਸਰ, ਇੱਦਾਂ ਉਹਨਾਂ ਨੇ ਪਿਸਤੌਲ ਦੀ ਧਮਕੀ ਲਾਈ ਆ ਸਾਨੂੰ, ਸਾਡੀ ਦਰਖਾਸਤ ਚੱਲਦੀ ਪਈ ਆ, ਉਹਨਾਂ ਨੇ ਦਰਖਾਸਤ ਦਿੱਤੀ, ਉਹਨਾਂ ਨੇ ਸਾਡੇ ਦਿਨ ਸਿਰ ਪਾੜਿਆ ਬੱਚਿਆਂ ਦਾ। ਨਹੀਂ ਸਰ, ਪਹਿਲਾਂ ਨਹੀਂ ਸਰ। ਹਾਂਜੀ, ਉਹ ਦਿਨ ਸਿਰ ਪਾੜ ਕੇ ਗਏ, ਇੱਥੇ ਪਾੜ ਕੇ ਗਏ ਮੁੰਡਿਆਂ ਦਾ ਸਿਰ, 25 ਤਰੀਕ ਨੂੰ ਸਿਰ ਪਾੜ ਕੇ ਗਏ ਆ। ਹਾਂਜੀ, ਪਹਿਲਾਂ 25 ਤਰੀਕ ਨੂੰ, ਅਤੇ ਫਿਰ ਰਾਤੀ ਫਿਰ ਸਾਨੂੰ ਪੈ ਗਏ ਆਣ ਕੇ। ਹਾਂਜੀ, ਗੁੰਡਾਗਰਦੀ ਕਰਦੇ ਪਏ ਆ। ਹਾਂਜੀ, ਇਨਸਾਫ਼ ਇਹੀ ਮੰਗ ਕਰਦੇ ਕਿ ਉਹਨਾਂ ਦੇ ਕਾਰਵਾਈ ਕੀਤੀ ਜਾਵੇ। ਚੌਂਕੀ ਇੰਚਾਰਜ ਉਹ ਕਹਿੰਦੇ ਆ ਕਿ ਉਹਨਾਂ ਨੇ ਖੁਦ ਕਿਹਾ ਕਿ ਤੁਸੀਂ ਇਹ ਸਭ ਕੁਛ ਤੁਸੀਂ ਆਪ ਕਰਵਾਇਆ ਆ, ਆਪ ਕੀਤਾ ਆ। ਸੀਸੀਟੀਵੀ ਵਗੈਰਾ ਸਾਹਮਣੇ ਹੈਗੀ ਹੈ? ਹਾਂਜੀ। ਠੀਕ ਹੈ, ਘਰ ਵਾਲਾ ਮੇਰਾ ਸਿਰ 'ਤੇ ਨਹੀਂ ਹੈਗਾ। ਠੀਕ ਹੈ ਭਾਜੀ, ਜੇਠ ਮੇਰਾ ਹੁਣ ਜੇ ਮਰਿਆ ਵਾ, ਬੱਚੇ ਮੇਰੇ, ਚਲੋ ਮੈਂ ਮੰਨਦੀ ਹਾਂ ਵੀ ਬੱਚੇ ਮੇਰੇ ਸੁਧਰਨ ਨੂੰ ਫਿਰਦੇ ਆ, ਅਤੇ ਲੋਕ ਸੁਧਰਨ ਨਹੀਂ ਦਿੰਦੇ ਮੇਰੇ ਬੱਚਿਆਂ ਨੂੰ। ਮੇਰੇ 25 ਤਰੀਕ 'ਤੇ ਮੁੰਡੇ ਦੇ ਮੇਰੇ ਵੱਡੇ ਦੇ ਲਾਤੀ ਸੱਟ,
ਸਾਡਾ 25 ਤਰੀਕ ਦਾ ਕੇਸ ਚੱਲਣ ਦਿਆ ਆ ਜੋ, ਠੀਕ ਆ, ਸਾਡੀ ਦਰਖਾਸਤ ਚੱਲਣ ਦੀ ਆ। ਇੰਚਾਰਜ ਸਾਹਿਬ ਮੈਨੂੰ ਕਹਿੰਦੇ ਵੀ ਤੂੰ ਬੰਦੇ ਫੜੇ ਆ ਅਤੇ ਤੂੰ ਆਈ ਕਿਉਂ ਨਹੀਂ ਆ, ਚੱਲ ਤੇਰੀ ਕੱਲ੍ਹ ਨੂੰ ਦੁਸ਼ਮਣੀ ਪੈਣੀ, ਤੂੰ ਰਾਜੀਨਾਮਾ ਕਰੋ। ਚਲੋ ਮੈਂ ਇੰਚਾਰਜ ਸਾਹਿਬ ਦੇ ਕਹਿੰਦਾ ਰਾਜੀਨਾਮਾ ਵੀ ਕਰ ਲੈਂਦੀ ਹਾਂ, ਪਰ ਵੇਖੋ ਆਹ ਹਰਕਤਾਂ ਤਾਂ ਨਾ ਕਰਨ। ਹੁਣ ਭਾਅ ਜੀ ਸਵੇਰੇ 12 ਵਜੇ ਰਾਤੀ ਸਾਡੇ ਉਹ ਵਾਲੇ ਘਰ ਇਹਨਾਂ ਨੇ ਹਮਲਾ ਕੀਤਾ, 5 ਵਜੇ ਸਾਡੇ ਆਹ ਵਾਲੇ ਘਰ ਹਮਲਾ ਕੀਤਾ, ਦੋ ਘਰਾਂ 'ਚ ਸਾਡੇ ਹਮਲਾ ਕਰਤਾ। ਸਾਡੇ ਘਰ ਲੇਡੀਜ਼ ਹੁੰਦੀ ਆ, ਆਦਮੀ ਤਾਂ ਸਾਡੇ ਉੱਦਾਂ ਮਰ ਗਏ ਆ ਜੀ, ਅਤੇ ਬੱਚੇ ਆ ਸਾਡੇ ਉਹਨਾਂ ਦੇ ਮਗਰ ਪਏ ਆ ਬਸ ਜੀ। ਇਹ ਸਾਡੇ ਤੁਸੀਂ ਲਾ ਲਓ ਕਿ ਮੇਰੇ ਕਿਰਾਏਦਾਰ ਖੁਦ ਮੈਨੂੰ ਦੱਸਣ ਦੇ ਆ ਵੀ 10 ਜਾਣੇ ਆ ਜਿਹੜੇ ਕਿ ਕੰਧਾਂ ਟੱਪੇ ਆ, ਅਤੇ ਕਹਿੰਦੇ ਇੰਚਾਰਜ ਸਾਹਿਬ ਕਹਿੰਦੇ ਵੀ ਕੰਧਾਂ ਕਿੱਦਾਂ ਕੋਈ ਟੱਪ ਸਕਦਾ, ਗੇਟ 'ਤੇ ਦਾਤਰ ਵੱਜੇ ਜੋ ਬਾਹਰ ਜੀ। ਇਹ ਇਲਾਕਾ ਪੈਂਦਾ ਜੋ ਪੈਟਰੋਲ ਪੰਪ ਵਾਲੀ ਗਲੀ, ਪੈਟਰੋਲ ਪੰਪ ਵਾਲੀ ਗਲੀ ਪੈਂਦੀ, ਅਤੇ ਕੈਰੋ ਪੈਲਸ ਵਾਲੀ ਗਲੀ ਪੈਂਦੀ ਜੋ, ਉਹ ਸਾਡੇ ਪ੍ਰੀਤ ਹੋਸਪਿਟਲ ਲਾਗੇ 125 126 ਦੋ, ਹਾਂਜੀ ਹਾਂਜੀ ਹਾਂਜੀ, ਦੋ ਘਰਾਂ ਦੇ ਵਿੱਚ ਜੀ। ਵੇਖੋ ਮੈਂ ਮੰਗ ਇਹੋ ਕਰਦੀ ਹਾਂ ਵੀ ਮੇਰੇ ਨਾਲ ਇਨਸਾਫ਼ ਕੀਤਾ ਜਾਵੇ, ਅੱਗੇ ਮੇਰਾ ਆਦਮੀ ਵੀ ਇਸ ਤਰ੍ਹਾਂ ਹੀ ਮਰਿਆ, ਮੇਰੇ ਬੱਚਿਆਂ ਦੇ ਮਗਰ ਵੀ ਇਸ ਤਰ੍ਹਾਂ ਹੀ ਪੈ ਗਏ, ਮੇਰੇ ਕਮਾਉਣ ਵਾਲੇ ਵੀ ਉਹੀ ਆ ਅਤੇ ਮੈਂ ਉਹਨਾਂ ਦੇ ਸਿਰ 'ਤੇ ਹਾਂ ਭਾਅ ਜੀ, ਮੇਰਾ ਕੋਈ ਨਹੀਂ ਜੋ ਹੈਗਾ ਬਸ। ਹਾਂਜੀ, ਕੱਲ੍ਹ ਨੂੰ ਮੇਰੇ ਬੱਚਿਆਂ ਨੂੰ ਕੋਈ ਬਾਹਰ ਮਾਰ ਜੇ, ਮੇਰਾ ਕੋਈ ਕਿੰਨੇ ਜ਼ਿੰਮੇਵਾਰ ਬਣਨਾ ਵਾ। ਹਾਂਜੀ ਹਾਂਜੀ, ਇਹੋ ਬੰਦਿਆਂ ਨੇ ਮਾਰੀਆਂ, ਇਹੋ ਬੰਦੇ ਦੇ ਬੰਦਿਆਂ ਨੂੰ ਭੇਜਦੇ ਵੀ ਰਾਜੀਨਾਮਾ ਕਰੋ, ਅਤੇ ਮੈਂ ਕੇਸ ਕਰਨਾ ਚਾਹੁੰਦੀ ਇਹਨਾਂ ਦੇ ਕਾਰਨ ਕੀ ਆ ਜੀ, ਰੰਦਿਸ਼ ਕੋਈ ਨਹੀਂ ਜੀ। ਪਿੱਛੇ 25 ਤਰੀਕ ਨੂੰ ਵੀ ਤੁਹਾਡੇ ਬੱਚਿਆਂ ਦੇ ਸੱਟਾਂ ਲਾਈਆਂ ਵਾ, ਅੱਜ ਫਿਰ ਇਹਨਾਂ ਨੇ ਹੁਣ ਕੀਤਾ, ਕੀ ਕਾਰਨ, ਕੀ ਕਿਉਂ ਝਗੜੇ ਦਾ ਕਾਰਨ ਸੀ? ਕਾਰਨ ਤਾਂ ਜੀ ਮੈਨੂੰ ਨਹੀਂ ਜੀ ਸਰ ਪਤਾ ਕਾਹਦਾ ਕਾਰਨ ਆ, ਬਾਕੀ ਇਹ ਵਾ ਕਿ ਇਹ ਆਏ ਜੋ ਮੇਰੇ ਪੁੱਤ ਨੇ ਜਾਣਾ ਸ਼ਹੀਦਾ ਸਾਹਿਬ, ਇਹਨਾਂ ਨੇ ਪਿੱਛੋਂ ਦਾਤਰ ਮਾਰੇ ਆ ਸ਼ਹੀਦਾ ਸਾਹਿਬ ਜਾਣ ਤੋਂ ਪਹਿਲੇ? ਹਾਂਜੀ, 5 ਵਜੇ ਦੀ ਗੱਲ ਆ ਜੀ, ਸਵੇਰ ਦੀ। ਹਾਂਜੀ, ਅਤੇ ਮੇਰੇ ਮੁੰਡੇ ਦੇ ਵੇਖੋ ਵੀਡੀਓ ਤੁਹਾਨੂੰ ਮੈਂ ਖੂਨੋ ਖੂਨ ਵਾਲੀ ਦੇ ਦਿੰਦੀ ਹਾਂ, ਜਿੱਥੇ ਹਮਲਾ ਕੀਤਾ ਵੀਡੀਓ, ਮੇਰੇ ਕੋਲ ਸਾਰਾ ਕੁਛ ਹੈਗਾ ਜੋ। ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਜੀ? ਮੈਂ ਉਹ ਮੰਗ ਕਰਦੀ ਹਾਂ ਵੀ ਮੈਨੂੰ ਇਨਸਾਫ਼ ਦਿੱਤਾ ਜਾਵੇ, ਕਿਉਂਕਿ ਮੇਰਾ ਆਦਮੀ ਨਹੀਂ ਸਿਰ 'ਤੇ, ਅੱਗੇ ਮੇਰਾ ਆਦਮੀ ਨੂੰ ਇੰਨੀ ਦੇਰ ਹੋ ਗਈ ਮਰਿਆ, ਮੈਂ ਪਤਾ ਨਹੀਂ ਆਪਣੇ ਬੱਚੇ ਕਿੱਦਾਂ ਪਾਲੇ ਕਿੱਦਾਂ ਨਹੀਂ ਪਾਲੇ। ਹਾਂਜੀ, ਵੇਖੋ ਸਰ ਜੀ ਕਿਤੇ ਲੜਾਈ ਹੁੰਦੀ ਆ, ਉਹ ਪਹਿਲੀਆਂ 'ਚ ਮੇਰੇ ਬੱਚਿਆਂ ਦੇ ਨਾਂ ਰੱਖਦੇ ਆ। ਦੇਖੋ ਜੇ ਮੇਰੇ ਬੱਚਿਆਂ ਕੋਲ ਕੁਛ, ਮੇਰੇ ਬੱਚੇ ਤੁਸੀਂ ਵੇਖੇ ਹੋਣ ਜੇ ਕੈਮਰੇ 'ਚ ਆਏ, ਤਾਂ ਮੈਨੂੰ ਦੱਸੋ ਵੀ ਠੀਕ ਆ ਜੀ ਮੈਡਮ ਜੀ ਤੁਹਾਡਾ ਬੱਚਾ ਇੱਥੇ ਆ। ਹਾਂਜੀ, ਇੱਕ ਝਗੜਾ ਹੋਇਆ ਵਾ ਇਹਦੇ ਵਿੱਚ, ਜਿਹੜੀ ਧਿਰ ਹੁਣ ਇਹ ਸੋਨੀਆ ਧਿਰ ਆ, ਇਹਨਾਂ ਦੇ ਬੇਟੇ ਜਿਹੜੇ ਨੇ ਅਮੋਲਦੀਪ ਵਗੈਰਾ, ਇਹਨਾਂ ਨੇ ਵੀ ਇੱਕ ਅਕਾਸ਼ਦੀਪ ਮੁੰਡਾ ਵਾ ਉਹਦੇ ਗੋਲੀ ਮਾਰੀ ਆ, ਜਿਹੜੀ ਉਹਦੇ ਹੱਥ ਉੱਤੇ ਲੱਗੀ ਆ, ਅਤੇ ਜੋ ਕਾਨੂੰਨ ਦੀਆਂ ਧਾਰਾਵਾਂ ਮੁਤਾਬਕ ਬਣਦੀ ਕਾਰਵਾਈ ਉਹ ਇਹਨਾਂ 'ਤੇ ਕੀਤੀ ਜਾਵੇ। ਇਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਦੋ ਘਰਾਂ ਦੇ ਵਿੱਚ ਇੱਕ ਵਾਰੀ ਰਾਤੀ ਹਮਲਾ ਕਰਕੇ ਗਏ 12 ਵਜੇ, ਦੂਜੇ ਘਰ ਸਵੇਰੇ 5 ਵਜੇ ਕਰਕੇ ਗਏ। ਇਹਦੇ ਬਾਰੇ ਵੈਰੀਫਿਕੇਸ਼ਨ ਚੱਲ ਰਹੀ ਹੈ, ਜੋ ਜੋ ਵੀ ਜਿਹੜੀਆਂ ਦੋਵਾਂ ਧਿਰਾਂ ਨੇ ਜੋ ਜੋ ਕੀਤਾ, ਦੋਵਾਂ ਦੇ ਬਰਖਿਲਾਫ਼ ਜੋ ਕਾਨੂੰਨ ਮੁਤਾਬਕ ਕਾਰਵਾਈ ਉਹ ਸਵੀਕਾਰ ਦਿੱਤੀ ਜਾਏਗੀ।